ਨਾਭਾ ਬਲਾਕ ਦੇ ਪਿੰਡ ਜੱਸੋ ਮਾਜਰਾ ਦੇ ਅਸ਼ਵਨੀ ਕੁਮਾਰ ਦੀ ਫੈਕਟਰੀ ਵਿੱਚ ਨਾਲ ਕੰਮ ਕਰਦੇ ਕੁਝ ਵਰਕਰਾਂ ਨੇ ਅੱਧਮਰੀ ਹਾਲਤ ਵਿੱਚ ਘਰ ਛੱਡ ਦਿੱਤਾ। ਪੁਲਿਸ ਨੇ ਦੋਸ਼ੀ ਗੁਰਸੇਵਕ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਦੂਜੇ ਪਾਸੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਹਦੇ ਡਾਕਟਰ ਦਾ ਕਹਿਣਾ ਵੀ ਹੈ ਜੀ, ਪੋਸਟਮਾਰਟਮ ਬਾਅਦ ਡਾਕਟਰ ਵੀ ਇਹ ਗੱਲ ਕਹੀ ਵੀ ਇੱਕ ਤਾਂ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜੀ, ਇਹ ਇੱਕ ਤੋਂ ਚਾਰ ਵੀ ਹੋ ਸਕਦੇ ਨੇ। ਵੀ ਇਹ ਇਕੱਲੇ ਬੰਦੇ ਦਾ ਕੰਮ ਤਾਂ ਹੈ ਨਹੀਂ, ਐਡੀ ਚੀਜ਼ ਲਾਉਣੀ ਇਕੱਲਾ ਬੰਦਾ ਕਿਵੇਂ ਲਵਾਊਗਾ ਜੀ? ਇਹ ਸਾਨੂੰ ਵੀ ਹੱਕ ਆ ਵੀ ਇਕੱਲੇ ਬੰਦੇ ਦਾ ਕੰਮ ਨਹੀਂ ਹੈਗਾ ਜੀ। ਅਸੀਂ ਸਿੰਚਾਈ ਤੱਕ ਜਾਣਾ ਚਾਹੁੰਦੇ ਹਾਂ, ਸਾਡੀ ਦੁਸ਼ਮਣੀ ਕਿਸੇ ਨਾਲ ਨਹੀਂ ਹੈਗੀ, ਸਿਰਫ ਸਾਨੂੰ ਇਹ ਪਤਾ ਲੱਗਣਾ ਚਾਹੀਦਾ ਵੀ ਸਾਡੇ ਭਾਈ ਨਾਲ ਕੀ ਹੋਇਆ ਹੈ, ਕੀ ਨਹੀਂ ਹੋਇਆ। ਇਹ ਮਾਧੋ ਫੈਕਟਰੀ 'ਚ ਹੈ ਜੀ, ਟੂਲ ਪਲਾਜ਼ੇ ਦੇ ਸਾਹਮਣੇ। ਹਾਂ, ਮਾਲਕ ਨੂੰ ਅਸੀਂ ਠੇਕੇਦਾਰ ਨੂੰ ਪੁੱਛਿਆ, ਹੋਰ 2 ਹਜ਼ਾਰ ਪੁੱਛਿਆ, ਉਹ ਤਾਂ ਸਾਨੂੰ ਇਹੀ ਕਹਿੰਦੇ ਨੇ 2 ਸੀਗੇ ਉੱਥੇ, ਇਹ ਚੌੜ ਕਰਦੇ ਸੀਗੇ, ਇਹ ਚੌੜ ਪਾਉਣ ਦੇ ਵਿੱਚ ਇਹ ਗੱਲ ਹੋਈ ਆ। ਪਰ ਸਾਡੇ ਮਨ ਨੂੰ ਇਹ ਲੱਗਦੀ ਨਹੀਂ ਵੀ ਚੌੜ ਐਡੀ ਬੜੀ ਹੋ ਸਕਦੀ ਹੈ ਜੀ, ਚੌੜ ਕਿਸੇ ਦੀ ਜਾਨ ਲੈ ਸਕਦੀ ਹੈ ਜੀ। ਨਾਭਾ ਤੋਂ ਬ੍ਰਿਜ ਖੁਰਾਨਾ ਦੀ ਰਿਪੋਰਟ, ਚੈਨਲ 2।